ਹੋਗਾ ਟੈਂਡਰ ਉਹਨੂੰ ਪਾਸ ਉਹ ਸੁਣੋ ਕਈ ਵਾਰ ਕਿਹਾ ਉਸ ਤੋਂ ਬਾਅਦ ਅਗਲੀ ਮੀਟਿੰਗ ਤੱਕ ਜੇ ਉਸ ਬੰਦੇ ਨੂੰ ਨੋਟਿਸ ਕੱਢੋ ਜੇ ਕੰਮ ਨਾ ਸ਼ੁਰੂ ਹੋਇਆ ਉਹਨੂੰ ਨਹੀਂ ਜਿਹੜਾ ਜਿਹੜਾ ਹੈਗਾ ਆ ਕੀਤਾ ਜਾਵੇ ਯੂਨੀਅਨ ਬੈਂਕਾਂ ਦੀ ਗਲੀ ਦਾ ਟੈਂਡਰ ਲੱਗੇ ਨੂੰ ਦੇਖੋ ਕਹਿੰਦੇ ਨੇ ਉਹਨੂੰ ਕੱਢੋ ਕੋਈ ਨਹੀਂ ਡੰਪ ਦਾ ਚੱਕ ਕੇ ਉਹ ਨਹੀਂ ਲਾਇਆ ਸੋਰੀ ਸ਼ਾਟ ਨਹੀਂ ਕੀਤਾ ਮੋਰੇ ਰੁਕੇ ਹੋਆ ਬਸ ਚੰਗਾ ਸਵਾਲ ਹੀ ਗਿਆ ਕੋਈ ਆ ਕੇ ਹੁਣ ਤੱਕ ਕੰਮ ਨਹੀਂ ਹੋਇਆ ਮੇਰੇ ਬਾਅਦ ਤੋਂ ਹੋਰ ਲਾ ਅਨਿਲ ਅਨਿਲ ਕੌਣਿਆ ਉਹ ਨਹੀਂ ਠੇਕੇਦਾਰਾਂ ਨੇ ਚੋਰ ਜਾਪੇ ਵਾਲੀ ਗੱਲ ਹੋ ਗਈ ਖਤਮ ਉਹਦੇ ਤੇ ਬਣਦੀ ਕਾਰਵਾਈ ਕਰੋ ਅਸੀਂ ਇੱਕ ਠੇਕੇਦਾਰ ਬਲੈਕਲਿਸਟ ਕੀਤਾ ਸੀਗਾ ਉਹ ਤੋਂ ਬਾਅਦ ਹਜੇ ਤੱਕ ਦੁਬਾਰਾ ਨੀ ਕਿਸੇ ਨੇ ਕੀਤਾ ਉਹ ਤੇ ਬਣਦੀ ਕਾਰਵਾਈ ਕਰੋ ਪੈਸੇ ਠੇਕੇਦਾਰਾਂ ਦੀ ਵਜ੍ਹਾ ਨਾਲ ਮੁੜੇ ਆ ਕਈ ਟੈਂਡਰ ਲੱਗੇ ਸੀ ਠੇਕੇਦਾਰਾਂ ਨੇ ਕੰਮ ਨੀ ਸ਼ੁਰੂ ਕੀਤੇ ਪਹਿਲਾਂ ਤਾਂ ਮੇਰੇ ਵਾਰਡ ਚ ਹੀ ਸੀਗਾ ਉਹ ਪੈਸੇ ਵਾਪਸ ਮੁੜ ਗਏ ਕਿਉਂ ਮੁੜ ਦਿੱਤੇ ਜਦੋਂ ਆਪਾਂ ਉਹਦੇ ਵੱਲ ਧਿਆਨ ਹੀ ਨੀ ਦਿੰਦੇ ਠੇਕੇਦਾਰ ਤੇ ਬਣਦੀ ਕਾਰਵਾਈ ਕਰੋ ਜਦੋਂ ਬਣਦੀ ਬਲੈਕਲਿਸਟ ਕਰੋ ਕਈ ਵਾਰ ਹੋ ਗਿਆ ਜੀ ਜਿਹੜੀ ਰੇਟ ਕਰਨ ਡਿਆ ਪਰੇ ਤੱਕ ਉਹ ਕੀਤਾ ਹੀ ਨਹੀਂ ਰੇਟ ਪਾਈ ਹੈ ਆਪਣੇ ਫਾਟਕ ਤੋਂ ਲੈ ਕੇ ਪਰੇ ਤੱਕ ਸੋਨੂ ਦੀ ਦੁਕਾਨ ਤੱਕ ਆਪਾਂ ਜੀ ਹਾਂਜੀ ਆ ਲੱਗਾ ਹੈ ਨਹੀਂ ਲੱਗਾ ਇਹ ਫਾਟਕ ਕਿਹੜਾ ਮੁਸਾਫਰ ਵਾਲਾ ਦੂਜਾ ਮੁਸਾਫਰ ਰੋਡ ਵਾਲਾ ਮੁਸਾਫਰ ਰੋਡ ਵਾਲਾ ਇਹ ਟੈਂਡਰ ਤਾਂ ਨਹੀਂ ਹੋਸ਼ਾਲਾ ਉਹ ਟੈਂਡਰ ਨੂੰ ਉਹ ਪੇਅਰ ਚ ਪਾਈ ਸੀ ਇਹਨਾਂ ਨੇ ਕਰਾਇਆ ਨਹੀਂ ਉਹ ਵੀ ਗਿਆ ਸੀ ਇਹਨਾਂ ਨੇ ਵੀ ਅਸੀਂ ਉਹ ਕਰਾਵਾਂਗੇ ਆ ਜਿਹੜਾ ਕੰਮ ਹੈ ਨਾ ਤੁਹਾਡਾ ਜੇ ਠੇਕੇਦਾਰ ਅਗਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਨਾ ਸ਼ੁਰੂ ਕਰੇ ਮੀਟਿੰਗ ਆਪਾਂ ਹਫ਼ਤੇ 10 ਦਿਨ 'ਚ ਸ਼ਾਇਦ ਅੱਜ ਜਲਦੀ ਆ ਜਾਵੇ ਕਿਉਂ ਜੀ ਉਸ ਤੋਂ ਪਹਿਲਾਂ ਪਹਿਲਾਂ ਉਹਨੂੰ ਨੋਟਿਸ ਗਿਆ ਹੋਣਾ ਚਾਹੀਦਾ ਕਿ ਭਾਈ ਜੇ ਇਹਨੇ ਦਿਨ ਦੇ ਨੋਟਿਸ ਗਿਆ ਕੰਮ ਸ਼ੁਰੂ ਕਰਾਵਾਂਗੇ ਇੱਕ ਵੀ ਕੰਮ ਨਹੀਂ ਹੋਇਆ ਨਹੀਂ ਕਰਦਾ ਗੱਲ ਨਹੀਂ ਯਾਰ ਨਾ ਉਹਨੂੰ ਪੈਸੇ ਦੇਣ ਕੋ ਪ੍ਰੇਸ ਹੋ ਜਾਏ ਸੈਕਿੰਡ ਨੂੰ ਇਸ ਤੋਂ ਦੇ ਦੋ ਜੀ ਸੈਕਿੰਡ ਨੂੰ ਡਿਊਟੀਆਂ ਮਾਰ ਦਿਓ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਕਿਹੜੇ ਜੇਈ ਨੂੰ ਕਿਹੜਾ ਕੰਮ ਕਹਿਣਾ ਮੈਂ ਅੱਗੇ ਦੱਸ ਰਿਹਾ ਜਾਓ ਤਿੰਨੇ ਜੇਈ ਤਿੰਨਾਂ ਦੇ ਵਿੱਚੋਂ ਤਿੰਨਾਂ ਦੇ ਰੀਜਨਲ ਆਰਡਰ ਸਾਨੂੰ ਇਹੀ ਨਹੀਂ ਪਤਾ ਕਿਹੜੇ ਦੇਖੋ ਤਿੰਨਾਂ ਦੇ ਕੰਮ ਦੇ ਤੁਸੀਂ ਆਰਡਰ ਕਰ ਦਿੱਤੇ ਆ ਅੱਧੇ ਟੱਕਣ ਦਿਨੇ ਜੀ ਤੁਹਾਨੂੰ ਆਰਡਰ ਹੋਏ ਆ ਦੇਖੋ ਅੱਧੇ ਸ਼ਹਿਰ ਦੇ ਟੱਕਣ ਟੁੱਟੇ ਪਏ ਆ ਸਾਡੇ ਕੋਲ ਪਾਸ ਕਰਾਉਣਾ ਅੱਜ ਕਰਾ ਲਓ ਖੜ ਕੇ ਅਸੀਂ ਕਰ ਦਿਆਂਗੇ ਲੇਕਿਨ ਢੱਕਣ ਇੰਨੇ ਮਾੜੇ ਹਾਲ ਮੋਹਰੇ ਆ ਗਏ ਬਰਸਾਤ ਕੱਲ ਨੂੰ ਕੋਈ ਡਿੱਗ ਕੇ ਕਹਿੰਦੀ ਲੱਤ ਟੁੱਟ ਗਈ ਅਗਲੇ ਦਿਨ ਕਿਹੜਾ ਅਸੀਂ ਐਮਸੀ ਨੂੰ ਕਿਹਾ ਆ ਐਮਸੀ ਕਿੱਥੇ ਜਵਾਬ ਦੇ ਆ ਢੱਕਣਾ ਦਾ ਹੀ ਉਹੀ ਗੱਲ ਆ ਢੱਕਣਾ ਦਾ ਠੀਕ ਹੈ ਸਾਹਿਬ ਚਾਹੇ ਮੇਰੀ ਬੇਨਤੀ ਸੁਣੋ ਚਾਹੇ 35 ਧਾਰਾ ਲੈ ਕੇ ਢੱਕਣ ਲੈ ਲਓ ਇਸ ਵੇਲੇ ਦੇਖੋ ਬਰਸਾਤ ਜ਼ਰੂਰ ਵਾਲੀ ਆ ਕਿਉਂਕਿ ਜੇ ਢੱਕਣ ਦੇ ਨਾਲ ਕੋਈ ਦੇਖੋ ਮੀਂਹ ਚ ਪਤਾ ਹੀ ਨਹੀਂ ਲੱਗਦਾ ਕਿਸੇ ਕੋਈ ਦਾ ਰੁੜ ਗਿਆ ਕੋਈ ਸੱਟ ਹੋ ਗਈ ਕਮੇਟੀ ਦੀ ਰਿਸਪੋਨਸਿਬਿਲਟੀ ਆ ਚਾਹੇ ਤੁਸੀਂ ਸਾਡੇ ਕੋਲ ਹੁਣੇ ਨਾਲ ਕਰਾ ਲਓ 35 ਧਾਰਾ ਵਾਲੀ ਢੱਕਣ ਖਰੀਦੇ ਜੀ ਇਹ ਆਪਣੇ ਲਈ ਢੱਕਣ ਲਵੇ ਆਪਣੇ ਤਿੰਨਾਂ ਨੂੰ
ਆਰਡਰ ਲਿਖਤੀ, ਇਹਨਾਂ ਦੀਆਂ ਡਿਊਟੀਆਂ ਫਿਕਸ ਕਰ ਦੋ। ਇਲੈਕਟ੍ਰੀਸ਼ਨ ਦਾ ਕੰਮ, ਵਾਟਰ ਸਪਲਾਈ, ਪਲੰਬਰਿੰਗ ਦਾ ਕਿਵੇਂ ਕਰਨਾ, ਨਕਸ਼ਿਆਂ ਦਾ ਤੇ ਐਨਓਸੀ ਦਾ ਕਿਵੇਂ ਕਰਨਾ, ਉਹਦੇ ਵਿੱਚ ਜਿਹੜੇ ਸਾਡੇ ਸ਼ਹਿਰ ਦਾ ਰਿਪੇਅਰ ਦਾ ਕੰਮ ਹੈ ਜਿਹੜਾ ਛੋਟਾ ਮੋਟਾ, ਜਿੱਦਾਂ ਢੱਕਣ ਦੀ ਗੱਲ ਕਰਦੇ ਮਨਜੀਤ ਕੌਰ ਐਮ ਸੀ ਜੀ, ਇਹ ਸਾਰਾ ਸਾਡੇ ਲੈ ਗਿਆ। ਜਿਹੜਾ ਪਹਿਲਾ ਰੇਲਵੇ ਰੋਡ ਵਾਲਾ ਐਸਟੀਮੇਟ ਬਣਾਇਆ, ਮੈਂ ਪਿਛਲੀ ਮੀਟਿੰਗ ਜਿਨ੍ਹਾਂ ਨੂੰ ਬੇਨਤੀ ਕੀਤੀ ਸੀ ਵੀ ਸੀਵਰੇਜ ਬੋਰਡ ਨੂੰ ਲੈਟਰ ਇੱਕ ਕਢਵਾਈ ਸੀ ਕਿ ਦੋਨਾਂ ਪਾਸੇ ਵਾਟਰ ਸਪਲਾਈ ਦੀ ਜਿਹੜੀ ਪਾਈਪ ਲਾਈਨ ਡੀ ਆਈ ਪਾਈਪ ਪਾਈ ਜਾਣ, ਉਹਨਾਂ ਕੋਲੋਂ ਵੀ ਪਲੀਜ਼ ਫੋਲੋ ਅਪ ਕਰਕੇ ਐਸਟੀਮੇਟ ਮੰਗਵਾ ਲਓ ਤਾਂ ਕਿ ਇਹ ਕੰਮ ਜਿਹੜਾ ਉਹ ਪਹਿਲਾਂ ਹੋਵੇ ਤੇ ਇਹ ਕੰਮ ਬਾਅਦ ਹੋਵੇ, ਕਿਉਂਕਿ ਟੈਂਡਰ ਦੀ ਪ੍ਰਕਿਰਿਆ ਤੋਂ ਪਹਿਲਾਂ ਉਹ ਥੜੀਆਂ ਥੜੀਆਂ ਲਿਖ ਦੋ ਵੀ ਸਾਰਾ ਕੋ ਭੰਨਣੀਆਂ ਪੈਣੀਆਂ ਉਹ ਕੀਤਾ ਜਾ। ਮੇਰੀ ਬੇਨਤੀ ਸੁਣੋ, ਆਪਾਂ ਤਾਂ ਬਣਾਈਏ, ਸਾਡੀ ਡਿਊਟੀ ਹੈ। ਦੇਖੋ ਮੈਡਮ, ਤੁਸੀਂ ਉੱਪਰ ਜਮਾਦਾਰ ਵੀ ਰੱਖੇ ਹੋ ਉਹਨਾਂ ਦੇ ਉੱਤੇ, ਠੀਕ ਹੈ ਜੀ, ਉਹ ਜਾ ਕੇ ਏਰੀਆ ਦੇਖਣ ਜੀ, ਸਾਨੂੰ ਕਿਉਂ ਇਹ ਕਹਿਣਾ ਪਵੇ ਐਮਸੀਆਂ ਨੂੰ ਪਿੰਡਾਲੀ ਬੰਦੇ ਆ, ਫਲਾਨਾ ਬੰਦੇ ਆ। ਜਦੋਂ ਦੇਖੋ ਆਹ ਲੜੀ ਬੈਠਾ ਤਾਂ ਡੈਡੀ ਸੀਗਾ ਸੈਂਟਰੀ ਆਪਣੇ ਜਮਾਦਾਰ ਬਾਜ਼ਾਰ ਆ, ਕਿਤੇ ਏਰੀਏ ਦੇ ਵਿੱਚ ਇੱਕ ਟੱਕਾ ਵੀ ਦੇ ਚੁਵੇ, ਇਹ ਹਾਲਾਤ। ਚੇਅਰਮੈਨ ਸਾਹਿਬ ਕਦੋਂ ਆ ਗਏ, ਇਹਨਾਂ ਨੇ ਦੱਸਿਆ ਨੀ ਕੀ ਆਇਆ ਇਹਨੂੰ ਮਾਰਾ। ਹਾਂਜੀ ਹਾਂਜੀ ਠੀਕ ਹੈ ਨਾ, ਹਾਂਜੀ। ਇਸ ਕਰਕੇ ਪ੍ਰਧਾਨ ਜੀ ਵੀ ਵਟ, ਪ੍ਰਧਾਨ ਜੀ ਜਿਹੜੇ ਉੱਪਰ ਕਰਮਚਾਰੀ ਲਾਇਓ ਨਾ, ਸਾਡੀ ਬੇਨਤੀ ਆ ਉਹ ਜਾ ਕੇ ਏਰੀਏ ਦੇ ਵਿੱਚ ਦੇਖਣ ਕਿੱਥੇ ਸਫਾਈ ਰਹਿ ਗਈ ਆ, ਉਹਨੂੰ ਆਪੇ ਖਿੱਚਣ। ਸਫਾਈ ਵਾਲੀ ਵੀ ਸੁਣ ਲਓ, ਤੁਸੀਂ ਤੁਹਾਡਾ ਕਿਹਾ ਸਾਡੇ ਸਿਰ ਮੱਥੇ ਦੇ, ਇਹਨਾਂ ਦੇ ਮੁਲਾਜ਼ਮਾਂ ਕੋਲ ਕਿਸੇ ਕੋਲ ਕੋਈ ਰਕਸ਼ਾ ਨਹੀਂ, ਕੋਈ ਰੇਹੜੀ ਨਹੀਂ, ਤੁਸੀਂ ਯਕੀਨ ਕਰੋ ਅਸੀਂ ਬੋਰੀਆਂ ਨਾਲ ਕਮਰਾ ਰੋਕਦੇ ਹਾਂ। ਪਾਸੇ ਦੀ ਬੇਨਤੀ ਤੁਸੀਂ ਇੱਕ ਮਿੰਟ ਦਾ ਸੁਣ ਲਓ, ਰੇਹੜੀਆਂ ਵਾਲੀ ਗੱਲ ਮੀਟਿੰਗ ਜਿਹੜਾ ਤੂੰ ਪਹਿਲਾਂ ਮੇਰੀ ਗੱਲ ਕੀ ਗੱਲ, ਜਦੋਂ ਇੱਕ ਮਿੰਟ ਹੈ, ਜਦੋਂ ਤੁਸੀਂ ਕੋਈ ਪਾਰ ਕਰੋ ਅਸੀਂ ਇਸ ਉੱਤੇ ਸਾਈਨ ਨਹੀਂ ਕੀਤੇ, ਨਹੀਂ ਕਰਦੇ ਆ ਜਨਾਬ, ਸਾਨੂੰ ਕੱਲ ਕਹਿੰਦੇ ਆ ਗੱਲਾਂ। ਜਿਹੜੇ ਅੱਗੇ ਤੁਸੀਂ 30 ਬੰਦੇ ਰੱਖਣੇ ਆ ਉਹ 30 ਸੱਦ ਕੇ ਰੱਖੋ, ਔਰ ਪਹਿਲਾਂ ਉਹਨਾਂ ਦਾ ਉਹਨਾਂ ਦੇ ਕੋਲ ਸਮਾਨ ਦਾ ਅਰੇਂਜਮੈਂਟ ਕੀਤਾ ਜਾਵੇ। ਠੀਕ ਹੈ ਸਰ।
ਸਾਨੂੰ 50 ਰੱਖੇ ਚਾਹੀਦੇ, 50 ਮਿਲੂਗੇ ਠੀਕ ਆ। ਸਾਡੇ ਸਿਰ ਸਵਾਲ ਨਾ ਕਰੋ, ਇਦਾਂ ਨਾ ਕਰੋ, ਇਦਾਂ ਨਾ ਕਰੋ। ਆਪਾਂ ਝਾੜੂ ਫੇਰਨਾ, ਇਹਨਾਂ ਨੇ ਕਿਹਾ ਵੀ ਮੇਰੇ ਵਾਰਡ ਦੇ ਵਿੱਚ ਆਪਾਂ ਨਹੀਂ ਹੈ, ਠੀਕ ਆ ਠੀਕ ਆ ਠੀਕ ਆ। ਕੰਮ ਕਰਾ ਕੇ ਕਹਿ ਕੇ ਵੀ ਤੂੰ ਆ, ਇੱਕ ਮਿੰਟ ਦੀ ਤੇਰੀ ਆ, ਸਮੇਂ ਤਾਂ ਹੋ ਗਿਆ ਆ, ਕਹਿ ਕੇ ਜਵਾਬ ਆ ਗਿਆ, ਸਵਾਲ ਨਹੀਂ ਪੈਣਾ ਤੁਹਾਨੂੰ। ਇਹ ਮੈਂ ਦੱਸਦਾ ਪ੍ਰਧਾਨ ਜੀ, ਇਹ ਸੂਰਜ ਜੀ ਤੁਸੀਂ ਜਮਾਦਾਰਾਂ ਦਾ ਕੰਫੀਡੈਂਟ, ਠੀਕ ਆ ਠੀਕ ਆ, ਕੋਈ ਵੀ ਗੱਲ ਹੈਗੀ ਠੀਕ ਆ, ਉਹ ਹੋ ਸਕਦਾ ਉਹ ਆਪਾਂ ਆਪਾਂ ਇਹ ਐਮਸੀ ਸਾਹਿਬ, ਆਪਾਂ ਐਮਸੀ ਇਸੇ ਕਰਕੇ ਬਣੇ ਆ, ਆਪਾਂ ਨੂੰ ਲੋਕਾਂ ਨੇ ਤੁਹਾਨੂੰ ਕੰਮਾਂ ਨੂੰ ਕਹਿਣਾ, ਤੁਸੀਂ ਸਾਨੂੰ ਕਹਿਣਾ ਪ੍ਰਧਾਨ ਆ ਉਹ ਬਿਨਾਂ ਦੱਸੇ ਤੋਂ ਬਦਰੀਨਾਥ ਨਹੀਂ ਜਾ ਸਕਦਾ, ਠੀਕ ਹੈ। ਤੂੰ ਦੇਖਣਾ ਸਾਨੂੰ ਨੀ ਪਤਾ, ਤੂੰ ਪ੍ਰਧਾਨ ਮੁਲਾਜ਼ਮਾਂ ਦਾ ਆਇਆ, ਮੁਲਾਜ਼ਮਾਂ ਤੋਂ ਕੰਮ ਲੈਣਾ ਸਾਡੀ, ਆ ਬੈਠੀ ਮੈਡਮ, ਜਿੱਦਾਂ ਮਰਜ਼ੀ ਲਿਆ, ਯਾਰ ਤੈਨੂੰ ਸਾਰੀਆਂ ਪਾਵਰਾਂ ਦਿੱਤੀਆਂ, ਮਤਾ ਦਿਓ ਸਾਰੀਆਂ ਸਾਫ਼ ਕਰਾ ਦੇਣੀਆਂ ਜੀ, ਜੇ ਤੁਸੀਂ ਜਾ ਕੇ ਦੇਖੋ ਨਾ ਜੇ ਉਹ ਕਰੀ ਜਾਣ ਜਾਂ ਰੌਲਾ ਇਹਨਾਂ ਕਰਕੇ ਮੱਝੀ ਜਾ, ਤੇ ਕਿਹੜੇ ਕੰਨ ਨੂੰ ਜ਼ਿਆਦਾ ਐਮਸੀ ਨੂੰ ਪ੍ਰੋਬਲਮ ਆਉਂਦੀ ਸੀ, ਪਹਿਲਾਂ ਉੱਥੇ ਸਾਡੇ ਟੀਮ ਲਾ ਕੇ ਦੋ ਬੰਦੇ ਭੇਜ ਦਿੱਤੇ, ਕਿੱਡੀ ਕਿੱਡੀ ਗੱਲ ਆ, ਪਤਾ ਕੀ ਲੋਕ ਕਹਿੰਦੇ ਆ, ਬਾਕੀ ਨਾ ਜੀ ਉਹ ਸਾਹਿਬ ਹੁਣ ਤਾਂ ਬਸ ਕੰਮ ਹੋਣੇ ਨਹੀਂ, ਅਸੀਂ ਤਾਂ ਬੈਠੇ ਦੇਖਦੇ ਆ ਜਦੋਂ ਕੰਮ ਡੈਰੀ ਯਾਰ ਚੁੱਪ ਕਰੀਏ ਮੰਡੇ, ਦਿਨੇ ਜੀ ਦੱਸੋ ਮੰਡੀ ਦਾ ਕੰਮ ਆਉਣਾ, ਮੰਡੀ ਦਾ ਕਿੱਦਾਂ ਕਰੀਏ, ਲੈ ਪਾ ਦਿਓ ਜੀ ਪਾ ਲੈ ਤਾਂ ਕਹਿੰਦੇ ਕੰਮ ਲੱਭਾ ਦੇ ਦੇਣਾ, ਨਹੀਂ ਨਹੀਂ ਲੰਮਾ ਨਾ ਪਾਇਓ, 25,000 ਦੇਖੋ ਬਦਲੀਆਂ ਅੱਗੇ ਵੀ ਸਹਿਣ ਜਾ ਕੇ ਕਰਾਈ ਦੇ ਹੀ ਆ, ਜੇ ਪਹਿਲਾਂ ਹੀ ਉਹ ਚੱਲ ਗਿਆ ਜੇ ਸਾਡੀ ਆਜ ਕੰਮ ਹੋਇਆ ਤੇ ਕਰਾਈ ਦਾ ਹੀ ਆ, ਉਹਦੇ ਚ ਕਹਿੰਦਾ ਰੌਲਾ ਦੇਖੋ, ਜਿਹੜੇ ਕੰਮ ਇਲੈਕਸ਼ਨ ਚ ਚੱਲ ਪਏ ਸੀਗੇ ਇਲੈਕਸ਼ਨ ਤੋਂ ਪਹਿਲਾਂ ਠੀਕ ਆ, ਜਿਹੜੇ ਪੈਂਡਿੰਗ ਆ ਉਹ ਠੇਕੇਦਾਰਾਂ ਨੂੰ ਨੋਟਿਸ, ਕੰਮ ਸ਼ੁਰੂ ਕਰਨਾ ਆਪਣੇ ਜੀ, ਮੇਰੀ ਗੱਲ ਸੁਣ, ਕਹਿਤਾ ਮੈਡਮ ਦੋ ਕੰਪਲੇਂਟ ਲਿਖਾਈਆਂ, ਹਾਂਜੀ ਹਾਂਜੀ ਕਹਿਤਾ, ਉਹ ਵੇਖ ਲਓ ਬਦਰੀਨਾਥ ਤੋਂ ਮੁੜੇ ਵੀ ਆ ਗਿਆ, ਇਹਦਾ ਮਤਲਬ ਉਹੀ ਕਰਾ ਦਾ ਕਿ ਤੁਹਾਨੂੰ ਬਣਾ ਜਾਣ ਦਿਆ ਕਰੀਏ, ਹਾਂ ਦੱਸਦਾ ਸੱਚੀ ਗੱਲ ਆ, ਭੇਜ ਦਿੱਤੇ ਆ ਜੀ ਭੇਜ ਦਿੱਤੇ ਆ,
ਡਾਕਟਰ ਕਮਲ ਦੇਖੋ ਇੱਕ ਆਪਾਂ ਸਾਰੇ MC ਬੈਠੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਦੇਖੋ ਜਿਹੜੇ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਆ ਉਹ ਲਗਾਤਾਰ ਉਹਨਾਂ ਦਾ ਜਿਹੜਾ ਧੜਾ ਆ ਮੀਟਿੰਗਾਂ ਦੇ ਵਿੱਚ ਨਹੀਂ ਆ ਰਿਹਾ ਠੀਕ ਹੈ ਜੀ ਇਹ ਬੜੀ ਮਾੜੀ ਗੱਲ ਆ ਕਿਉਂਕਿ ਠੀਕ ਹੈ ਅਸੀਂ ਪਾਰਟੀਆਂ 'ਚ ਵੰਡੇ ਆ ਕੋਈ ਆਮ ਆਦਮੀ 'ਚ ਅਸੀਂ ਅਕਾਲੀ ਦਲ 'ਚ ਆ ਕੋਈ ਬਸਪਾ ਦੇ ਵਿੱਚ ਆ ਜੇ ਉਹ ਕਾਂਗਰਸ ਦੇ ਵਿੱਚ ਆ ਉਹਨਾਂ ਨੂੰ ਵੀ ਹਾਊਸ ਦੇ ਵਿੱਚ ਆਉਣਾ ਚਾਹੀਦਾ ਫਿਰ ਉਹ ਇਲਜ਼ਾਮ ਲਾਉਂਦੇ ਆ ਵੀ ਸਾਡੇ ਹਾਊਸ 'ਚ ਕੰਮ ਨਹੀਂ ਰੱਖੇ ਜਾਂਦੇ ਹਾਊਸ 'ਚ ਕੰਮ ਤਾਂ ਰੱਖਾਂਗੇ ਜੇ ਤੁਸੀਂ ਆਓਗੇ ਇੱਕ ਪਾਸੇ ਜੇ ਅਸੀਂ ਸ਼ਹਿਰ ਨੂੰ ਤਰੱਕੀ ਵੱਲ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਹਾਈਕੋਰਟ ਦੇ ਵਿੱਚ ਘੜੀਸਿਆ ਜਾਂਦਾ ਕਿ MC ਗੈਰ ਕਾਨੂੰਨੀ ਮੀਟਿੰਗਾਂ ਕਰਦੇ ਆ ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵੀ ਸ਼ਹਿਰ ਦੇ ਹਿੱਤ ਪਹਿਲਾਂ ਆ ਸਾਨੂੰ ਪਾਰਟੀ ਦੇ ਹਿੱਤ ਬਾਅਦ 'ਚੋਂ ਆ ਸੋ ਮੀਟਿੰਗਾਂ ਚਾਹੇ ਗੈਰ ਕਾਨੂੰਨੀ ਕੋਈ ਨਹੀਂ ਹੁੰਦੀਆਂ ਜੇ ਅਸੀਂ ਮੀਟਿੰਗਾਂ ਕਰ ਰਹੇ ਹਾਂ ਤਾਂ ਨਿਯਮਾਂ ਮੁਤਾਬਕ ਕਰ ਰਹੇ ਹਾਂ ਉਹਨਾਂ ਨੂੰ ਬੇਨਤੀ ਆ ਕਿ ਹਾਊਸ ਦੇ ਵਿੱਚ ਆਉਣ ਆਪਣੀ ਗੱਲ ਰੱਖਣ ਬਾਹਰ ਬਹਿ ਕੇ ਕਿਸੇ ਨੂੰ ਭੰਡਣ ਦਾ ਕਿਸੇ ਨੂੰ ਕੋਈ ਅਖਤਿਆਰ ਨਹੀਂ ਹੈਗਾ ਅਸੀਂ ਆਏ ਹਾਂ ਅਸੀਂ ਵੀ ਆਪੋਜੀਸ਼ਨ 'ਚ ਹੀ ਹਾਂ ਸਰਕਾਰ ਚਾਹੇ ਆਮ ਆਦਮੀ ਦੀ ਆ ਆਮ ਆਦਮੀ ਦੇ ਡਾਕਟਰ ਸਾਹਿਬ ਬਾਹਰ ਚੱਲ ਗਏ ਉਹਨਾਂ ਨੇ ਹਲਕਾ ਚਾਰਜ ਹੈ ਨਹੀਂ ਕਿਉਂਕਿ ਆਪਾਂ ਜਵਾਬ ਆਪਾਂ ਪੁੱਛਣ ਦਾ ਤਾਂ ਹੱਕ ਹੈਗਾ ਨਾ ਜੇ ਤੁਸੀਂ ਹਾਊਸ 'ਚ ਨਹੀਂ ਆਉਂਗੇ ਹਾਊਸ ਤੋਂ ਬਾਹਰ ਰਹਿ ਕੇ ਹਾਊਸ ਨਹੀਂ ਚੱਲ ਸਕਦਾ ਪਹਿਲਾਂ ਤਾਂ ਆਪਾਂ ਸਾਡਾ ਲਗਭਗ 1.5 ਸਾਲ ਦਾ ਸਮਾਂ ਰਹਿ ਗਿਆ ਪਹਿਲਾਂ ਆਪਾਂ ਮੀਟਿੰਗਾਂ ਨਹੀਂ ਕੀਤੀਆਂ ਜੇ ਹੁਣ ਅਸੀਂ ਮੀਟਿੰਗਾਂ ਸ਼ੁਰੂ ਕੀਤੀਆਂ ਤਾਂ ਤੁਸੀਂ ਹਾਈਕੋਰਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਾਰਟੀ ਬਣਾ ਲਿਆ ਵੀ ਗੈਰ ਕਾਨੂੰਨੀ ਉਹ ਵੀ ਸਾਡੀ ਕਮੇਟੀ ਦਾ ਕੋਈ ਮੁਲਾਜ਼ਮੀ ਹੈ ਜੋ ਕੋਈ ਜਾ ਕੇ ਦੱਸਦੇ ਆ ਵੀ ਤੁਸੀਂ ਏਦਾਂ ਕਰੋ ਜਾਂ ਉਹ ਕਰੋ ਹਾਈਕੋਰਟ ਜਾਓ ਕੁਛ ਕਰੋ ਅੱਜ ਮੈਂ ਟੈਲੀਫੋਨ ਕੀਤੇ ਸੀ ਮੈਂ ਕਿਹਾ ਤੁਸੀਂ ਮੀਟਿੰਗ ਵਿੱਚ ਜਾਓ ਕਹਿੰਦੇ ਅਸੀਂ ਨਹੀਂ ਕਰਦਾ ਸਾਨੂੰ ਨੌਲੇਜ ਨਹੀਂ ਅਸੀਂ ਹਾਊਸ ਇੱਕ ਮਿਊਨਿਸਪਲ ਐਕਟ ਦੇ ਵਿੱਚ ਬਾਈ ਲਾਜ਼ ਆ 1/3 ਮੈਜੋਰਿਟੀ ਦੇ ਨਾਲ ਜੇ ਪ੍ਰਧਾਨ ਮੌਜੂਦਾ ਹੋਵੇ ਵੀ ਜੇ ਮੀਟਿੰਗ ਨਾਲ ਸੱਦੇ ਤਾਂ 1/3 ਨਾਲ ਆਪਾਂ ਮੀਟਿੰਗ ਰੱਖਣ ਦਾ ਹੱਕ ਰੱਖਦੇ ਹਾਂ 1/3 ਨਾਲ ਕਰ ਸਕਦੇ ਮੀਟਿੰਗ ਚਾਹੇ ਪ੍ਰਧਾਨ ਵੀ ਹੋਵੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰਨ ਕਿਉਂਕਿ ਸ਼ਹਿਰ ਦੀ ਤਰੱਕੀ ਕਿਉਂਕਿ ਸਾਨੂੰ ਸਾਡੀ ਪਾਰਟੀ ਬਾਅਦ ਚੋਂ ਆ ਸਾਨੂੰ ਸ਼ਹਿਰ ਦੀ ਤਰੱਕੀ ਲਈ ਲੋਕਾਂ ਨੇ ਸਾਨੂੰ ਭੇਜਿਆ ਔਰ ਤੁਹਾਨੂੰ ਬੇਨਤੀ ਆ ਕਿ ਤੁਸੀਂ ਹਾਊਸ ਦੇ ਵਿੱਚ ਜ਼ਰੂਰ ਆਓ ਗਿਲੇ ਸ਼ਿਕਵੇ ਸਾਡੇ ਵੀ ਆ ਹੁਣ ਫੜ ਕੇ ਕੀਤੇ ਹੀ ਆ ਔਰ ਸਾਡਾ ਹੱਕ ਬਣਦਾ ਕਿਉਂਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਡਾ ਗੱਲ ਰੱਖਣਾ ਜੇ ਹੁਣ ਸੀਵਰੇਜ ਦੀ ਗੱਲ ਚੱਲੀ ਆ ਲਾਈਟਾਂ ਦੀ ਗੱਲ ਚੱਲੀ ਆ ਪਾਣੀ ਦੀ ਗੱਲ ਚੱਲੀ ਆ ਤੇ ਉਹ ਅਸੀਂ ਕਿਹਦੇ ਕੋਲ ਰੱਖਾਂਗੇ ਜੇ ਤੁਸੀਂ ਹਾਊਸ 'ਚ ਨਹੀਂ ਆਓਗੇ ਤਾਂ ਤੁਸੀਂ ਆਪਣੀ ਗੱਲ ਕਿੱਥੇ ਰੱਖੋਗੇ ਮੈਨੂੰ ਕਿਸੇ MC ਸਾਹਿਬਾਨ ਦਾ ਫੋਨ ਆਇਆ ਕਿ ਸਾਡੇ ਕੰਮ ਨਹੀਂ ਪਏ ਮੈਂ ਕਿਹਾ ਪਹਿਲਾਂ ਆ ਕੇ ਦੇਖੋ ਔਰ ਦੂਜੀ ਗੱਲ ਹੈ ਜਦੋਂ ਹਾਊਸ 'ਚ ਆਓਗੇ ਕੰਮ ਤਾਂ ਹੀ ਪਾਉਂਗੇ ਜੇ ਮੈਂ ਹੁਣ ਕੋਈ ਐਸਟੀਮੇਟ ਦਊਂਗਾ ਉਹ ਤਾਂ ਹੀ ਬਣੂਗੇ ਸੋ ਇਸ ਕਰਕੇ ਬੇਨਤੀ ਆ ਤੁਸੀਂ ਹਾਊਸ ਜਾਓ ਲੋਕਾਂ ਨੂੰ ਗੁੰਮਰਾਹ ਨਾ ਕਰੋ ਅਸੀਂ ਚਾਹੁੰਦੇ ਸ਼ਹਿਰ ਦੀ ਤਰੱਕੀ ਹੋਵੇ ਹਾਈਕੋਰਟ ਜੋ ਵੀ ਫੈਸਲਾ ਦਊਗੀ ਸਾਨੂੰ ਮਾਣਯੋਗ ਹਾਈਕੋਰਟ ਦਾ ਫੈਸਲਾ ਮਨਜ਼ੂਰ ਆ ਜੇ ਗੈਰ ਕਾਨੂੰਨੀਆਂ ਹੋ ਗਈਆਂ ਤਾਂ ਕੈਂਸਲ ਹੋ ਚੁੱਕੀਆਂ ਤੁਸੀਂ ਘੱਟੋ ਘੱਟ ਮੀਟਿੰਗ ਦੇ ਵਿੱਚ ਤਾਂ ਆਓ ਜਾ ਸੋ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਅੱਜ ਜਿਹੜੇ ਕੰਮ ਬਹੁਤ ਲੰਬੇ ਸਮੇਂ ਤੋਂ ਫਸੇ ਸੀਗੇ ਚਾਹੇ ਉਹ ਰੇਲਵੇ ਰੋਡ ਦਾ ਸੀਗਾ ਚਾਹੇ ਉਹ ਸਲੋਅ ਰੋਡ ਦਾ ਸੀਗਾ ਚਾਹੇ ਕਲਾਮ ਰੋਡ ਦਾ ਸੀਗਾ ਚਾਹੇ ਹੀਰਾ ਜੱਟਾ ਮੁਹੱਲੇ ਵਾਲੀ ਕਿਉਂਕਿ ਬੜੀ ਅਹਿਮ ਸੜਕਾਂ ਸੀਗੀਆਂ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿਉਂਕਿ ਸ਼ਹਿਰ ਦੇ ਅਹਿਮ ਪ੍ਰੋਜੈਕਟ ਆ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਹਦੇ ਵਿੱਚ ਆਓ
ਹਾਂ ਵਾਡਾ, ਕਿਉਂਕਿ ਜਿਹੜੀਆਂ ਕੰਮ ਆ ਚਾਰ ਹੀ ਇਹ ਸਾਂਝੇ ਕੰਮ ਆ, ਵਾਡਾ ਦੇ ਕੰਮ ਨਹੀਂ ਹੈ। ਲੇਕਿਨ ਉਹਨਾਂ ਨੇ ਨਾ ਆ ਕੇ ਮੈਂ ਸਮਝਦਾ, ਮੈਨੂੰ ਨਹੀਂ ਪਤਾ ਕੀ ਸਾਬਤ ਕਰਨਾ ਚਾਹੁੰਦੇ ਆ। ਮੈਂ ਦੁਬਾਰਾ ਉਹਨਾਂ ਆਪਣੇ ਕੌਂਸਲਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਹਾਊਸ 'ਚ ਜ਼ਰੂਰ ਆਇਆ ਕਰੋ, ਮਤਭੇਦ ਸਾਡੇ ਵੀ ਹੈਗੇ ਆ, ਲੇਕਿਨ ਮਤਭੇਦ ਭੁਲਾ ਕੇ ਆਪਾਂ ਆਪਣੇ ਸ਼ਹਿਰ ਦੀ, ਆਪਣੇ ਖਿੱਤੇ ਦੀ, ਆਪਣੇ ਵਾਡਾਂ ਦੀ, ਆਪਣੀ ਗੱਲ ਕਰੀਏ ਤਾਂ ਹੀ ਕੰਮ ਹੋਣਗੇ। ਨਹੀਂ ਤਾਂ, ਕਿਉਂਕਿ ਜੋ ਹਾਲਾਤ ਇਸ ਵੇਲੇ ਬਣ ਗਏ ਆ, ਸਾਡਾ ਡੇਢ ਸਾਲ ਦਾ ਪੀਰੀਅਡ ਰਹਿੰਦਾ ਅਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ, ਕਿਉਂਕਿ ਅਸੀਂ ਵਾਰ ਵਾਰ ਦੇਖੋ ਅੱਜ ਗੱਲ ਚੱਲੀ ਆ, ਢੱਕਣ ਟੁੱਟੇ ਪਏ ਆ, ਸਫਾਈ ਵਿਵਸਥਾ, ਜੇ ਹਾਊਸ 'ਚ ਆਵਾਂਗੇ ਤਾਂ ਹੀ ਗੱਲ ਕਰਾਂਗੇ। ਜੇ ਮੀਟਿੰਗਾਂ ਗੈਰ ਸੰਵਿਧਾਨਕ ਆ, ਫਿਰ ਤਾਂ ਸਾਨੂੰ ਸਾਰਿਆਂ ਨੂੰ ਅਸਤੀਫੇ ਦੇ ਕੇ ਘਰ ਬਹਿ ਜਾਣਾ ਚਾਹੀਦਾ। ਮੀਟਿੰਗ ਕਰਨ ਦਾ ਅਧਿਕਾਰ ਹੀ ਕਮੇਟੀ 'ਚ ਸਲਾਹਕਾਰ ਹੀ ਮਾੜਾ ਆ ਉਹਨਾਂ ਦਾ, ਕਮੇਟੀ 'ਚ ਵੀ ਆ ਸਲਾਹਕਾਰ ਵੀ। ਹਾਂ ਸਰ, ਰੇਲਵੇ ਰੋਡ ਦਾ ਕੀ ਫੈਸਲਾ? ਰੇਲਵੇ ਰੋਡ ਨੂੰ ਬਣਾਉਣ ਦਾ ਮਤਾ ਪ੍ਰਵਾਨ ਕੀਤਾ ਗਿਆ ਜੀ ਸਰਬਸੰਮਤੀ ਨਾਲ, ਔਰ ਇਸੇ ਤਰ੍ਹਾਂ ਸਲੋਰ ਰੋਡ ਨੂੰ, ਔਰ ਇਸੇ ਤਰ੍ਹਾਂ ਕਲਾਮ ਰੋਡ ਨੂੰ, ਔਰ ਇਸੇ ਹੀਰਾ ਜੱਟਾ ਮਹੱਲੇ ਨੂੰ, ਔਰ ਬਾਕੀ ਜਿਹੜੇ ਐਮ ਸੀ ਸਾਹਿਬਾਨ ਆ ਜਿਹਨਾਂ ਨੇ ਆਪਣੇ ਐਸਟੀਮੇਟ ਦਿੱਤੇ ਸੀਗੇ, ਉਹ ਸਾਰੇ ਸਰਬਸੰਮਤੀ ਨੇ ਪ੍ਰਵਾਨ ਕੀਤੇ ਗਏ ਆ। ਸ਼ਾਇਦ ਉਹਨਾਂ ਦੇ ਵਿੱਚ ਵੀ ਹੈਗੇ ਆ ਉਹਨਾਂ ਦੇ ਕੰਮ, ਲੇਕਿਨ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਦਾ, ਸੜਕਾਂ ਤਾਂ ਦੇਖੋ ਸਾਰਿਆਂ ਦੀਆਂ ਸਾਂਝੀਆਂ ਆ, ਉਹਨਾਂ ਨੂੰ ਅੱਜ ਆਉਣਾ ਚਾਹੀਦਾ ਸੀਗਾ ਹਾਊਸ ਦੇ ਵਿੱਚ ਆਉਂਦੇ, ਚਾਹੇ ਉਹ ਹਾਜ਼ਰੀ ਲਾ ਕੇ। ਕੋਈ ਪ੍ਰੋਟੈਸਟ ਸੀਗਾ, ਅਸੀਂ ਵੀ ਕਰਦੇ ਰਹੇ ਹਾਂ ਓਪੋਜੀਸ਼ਨ ਦੇ ਵਿੱਚ, ਜੇ ਸਾਡਾ ਕੋਈ ਗਿਲਾ ਸੀਗਾ ਉਹ ਬਾਹਰ ਦਰੀ ਵਿਛਾ ਕੇ ਆਪਣੀ ਗੱਲ ਰੱਖੀ ਦੀ ਸੀ। ਜੇ ਆਪਾਂ ਆਪਣੀ ਗੱਲ ਵੀ ਨਹੀਂ ਰੱਖ ਸਕਦੇ ਤਾਂ ਫਿਰ ਆਪਾਂ ਕਿੱਥੇ ਖੜੇ ਆ? ਸੋ ਇਸ ਕਰਕੇ ਰਾਜਨੀਤੀ ਕਰਨਾ ਆਪਣੀ ਜਗ੍ਹਾ ਆ, ਕਿਉਂਕਿ ਇੱਥੇ ਕੋਈ ਪਾਰਟੀ ਨਹੀਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਾਰਟੀਆਂ 'ਚ ਅਸੀਂ ਵੀ ਅਕਾਲੀ ਦਲ ਨਾਲ ਵੰਡੇ ਆ, ਕੋਈ ਆਮ ਆਦਮੀ ਨਾਲ, ਕੋਈ ਬਸਪਾ ਨਾਲ, ਕੋਈ ਬੀਜੇਪੀ ਨਾਲ, ਸਾਡੇ ਆਪਸ 'ਚ ਵਿਚਾਰਕ ਮਤਭੇਦ ਹੋ ਸਕਦੇ ਆ, ਲੇਕਿਨ ਸ਼ਹਿਰ ਦੀ ਤਰੱਕੀ ਦੇ ਲਈ ਸਾਡੇ 'ਚ ਕੋਈ ਮਤਭੇਦ ਨਹੀਂ ਹੈਗਾ। ਚਾਹੇ ਉਹ ਵੀ ਆਉਣ, ਉਹ ਵੀ ਸਾਡੇ ਸਤਿਕਾਰ ਜੋਗ ਆ, ਉਹਨਾਂ ਦੇ ਨਾਲ ਵੀ ਜੇ ਅਸੀਂ ਗਿਲਾ ਕਰਦੇ ਰਹੇ ਹਾਂ, ਜਿਹੜਾ ਵੀ ਹਾਊਸ 'ਤੇ ਬਹਿੰਦਾ ਸਾਡਾ ਫਰਜ਼ ਬਣਦਾ, ਅਸੀਂ ਆਪਣੀ ਗੱਲ ਤਾਂ ਹੀ ਰੱਖਾਂਗੇ ਜੇ ਹਾਊਸ ਚੱਲੂਗਾ। ਅਤੇ ਇਸ ਕਰਕੇ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਇਹ ਜਾ ਕੇ ਚੈਲੇਂਜ ਕਰੋ ਵੀ ਇਹ ਮੀਟਿੰਗਾਂ ਗੈਰ ਕਾਨੂੰਨੀ ਆ। ਪਹਿਲਾਂ ਤਾਂ ਤੁਸੀਂ ਪ੍ਰਧਾਨ ਸਾਹਿਬ ਮੀਟਿੰਗਾਂ ਕੀਤੀਆਂ ਹੀ ਨਹੀਂ, ਤੁਹਾਡਾ ਰਿਕਾਰਡ ਆ, ਤੁਸੀਂ 24 ਮਹੀਨੇ ਦੇ ਅੰਦਰ 8 ਮੀਟਿੰਗਾਂ ਕੀਤੀਆਂ, ਅਤੇ ਜੇ ਹੁਣ ਅਸੀਂ ਮੀਟਿੰਗਾਂ ਦੀ ਪਿਰਤ ਸ਼ੁਰੂ ਕਰਦੀ ਤਾਂ ਤੁਸੀਂ ਸਾਨੂੰ ਹਾਈ ਕੋਰਟ 'ਚ ਲੈ ਗਏ ਵੀ ਇਹ ਗੈਰ ਕਾਨੂੰਨੀ ਆ। ਯਾਰ, ਗੈਰ ਕਾਨੂੰਨੀ ਕਿੱਦਾਂ ਹੋ ਗਈਆਂ? ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ ਮਿਊਂਸੀਪਲ ਐਕਟ ਦੇ ਵਿੱਚ ਬਕਾਇਦਾ ਪ੍ਰੋਵੀਜ਼ਨ ਆ, 1/3 ਮੈਜੋਰਟੀ ਦੇ ਨਾਲ ਚਾਹੇ ਮੌਜੂਦਾ ਪ੍ਰਧਾਨ ਮੀਟਿੰਗ ਨਾਲ ਸੱਦਦਾ ਹੋਵੇ ਤਾਂ ਵੀ ਆਪਾਂ ਸੱਦ ਸਕਦੇ ਹਾਂ। ਸੋ ਇਸ ਕਰਕੇ ਚਲੋ ਉਹ ਕਾਨੂੰਨੀ ਲੜਾਈ ਆ, ਲੜੀ ਜਾਓ, ਜੋ ਮਾਣਯੋਗ ਹਾਈ ਕੋਰਟ ਕਹੂਗੀ ਅਸੀਂ ਮੰਨ ਲਾਂਗੇ, ਲੇਕਿਨ ਘੱਟੋ ਘੱਟ ਸ਼ਹਿਰ ਦੀ ਤਰੱਕੀ ਦੇ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਾਊਸ ਦੇ ਵਿੱਚ ਆਓ, ਆਪਣੀ ਗੱਲ ਰੱਖੋ, ਸਾਡੇ ਸਹਿਯੋਗੀ ਬਣੋ, ਅਸੀਂ ਵੀ ਲੜਾਈ ਲੜਦੇ ਹਾਂ। ਜਿਹੜਾ ਮਰਜ਼ੀ ਉਹ ਸੀਟ 'ਤੇ ਬਹਿੰਦਾ, ਚਾਹੇ ਅੱਜ ਬੀਬੀ ਜਿੰਦਰਜੀਤ ਕੌਰ ਬੈਠੇ ਆ, ਅਸੀਂ ਉਹਨਾਂ ਨੂੰ ਵੀ ਗੱਲ ਕਹੀ ਆ, ਜਿਹੜਾ ਵੀ ਬੈਠੂਗਾ ਉਹਨੂੰ ਗੱਲ ਕਹਾਂਗੇ, ਚਾਹੇ ਉਹ ਸਰਕਾਰ ਦਾ ਨੁਮਾਇੰਦਾ ਅੱਜ ਸਾਡੇ ਪਾਠਕ ਸਾਹਿਬ ਨਹੀਂ ਹੈਗੇ, ਸਾਡੇ ਉਹਨਾਂ ਨਾਲ ਵੀ ਗਿਲੇ ਆ, ਸਰਕਾਰ ਦੇ ਕੋਲੋਂ ਅਸੀਂ ਕੰਮ ਲੈਣੇ ਆ, ਅਤੇ ਉਹ ਲੇਕਿਨ ਅੱਜ ਹੈ ਨਹੀਂ ਗੇ, ਜਦੋਂ ਹੋਣਗੇ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ। ਇਸ ਕਰਕੇ ਆਪਾਂ ਘਰ ਬਹਿ ਕੇ ਗੁਜ਼ਾਰਾ ਨਹੀਂ ਹੋਣਾ, ਹਾਊਸ ਦੇ ਵਿੱਚ ਆਓ, ਲੋਕਾਂ ਨੂੰ ਇਹ ਗਮਰਾਹ ਨਾ ਕਰੋ ਬਈ ਮੀਟਿੰਗ ਨਹੀਂ ਹੋ ਰਹੀ, ਮੀਟਿੰਗਾਂ ਹੋ ਰਹੀਆਂ। ਸ਼ਹਿਰ ਦੀ ਤਰੱਕੀ ਦੇ ਲਈ ਸਹਿਯੋਗੀ ਬਣਨਾ ਚਾਹੀਦਾ, ਨਾ ਕਿ ਏੜਕਾ ਪਾਉਣਾ ਚਾਹੀਦਾ, ਨਾ ਕਿ ਤੁਸੀਂ ਇਹ ਕਹੋ ਵੀ ਹਾਈ ਕੋਰਟ 'ਚ ਇਹਨਾਂ ਮੀਟਿੰਗਾਂ ਨੂੰ ਚੈਲੰਜ ਤੁਹਾਨੂੰ ਕਰਨਾ ਚਾਹੀਦਾ। ਤੁਹਾਨੂੰ ਤਾਂ ਇਹ ਚਾਹੀਦਾ ਸੀ ਮੀਟਿੰਗ ਦੇ ਵਿੱਚ ਆਉਂਦੇ ਹਾਈ ਕੋਰਟ ਬਜਾਣ ਦੀ ਬਜਾਏ, ਇਸ ਆਹ ਵੀ ਹਾਊਸ ਹੀ ਹੈ ਜਿੱਥੇ ਲੋਕਾਂ ਨੇ ਚੁਣ ਕੇ ਭੇਜਿਆ, ਵੀ ਹਾਈ ਕੋਰਟ ਆ, ਸੁਪਰੀਮ ਕੋਰਟ ਹੈ ਸ਼ਹਿਰ ਦੀ, ਇੱਥੇ ਆ ਕੇ ਆਪਣੀ ਗੱਲ ਰੱਖੋ। ਹਾਈ ਕੋਰਟ 'ਚ ਇਹ ਗੱਲ ਕਹਿਣੀ ਵੀ ਮੀਟਿੰਗਾਂ ਗੈਰ ਕਾਨੂੰਨੀ ਹੈ ਕਿਤੇ ਵਾਜਬ ਨਹੀਂ ਹੈਗਾ, ਔਰ ਮੈਂ ਇਸ ਗੱਲ ਦੀ ਨਿਖੇਧੀ ਕਰਦਾ। ਹਾਈ ਕੋਰਟ ਦੇ ਵਿੱਚ ਜਾਣਾ, ਉਹ ਚੰਗੇ ਕੰਮ ਲਈ ਜਾਓ, ਪੈਸੇ ਖਰਚੋ, ਚੰਗੀ ਗੱਲ ਆ, ਲੇਕਿਨ ਮੀਟਿੰਗਾਂ ਨੂੰ ਦੇੜੀ ਦੇਖੋ, ਪ੍ਰਧਾਨਗੀ ਦੀ ਲੜਾਈ ਆ, ਪ੍ਰਧਾਨਗੀ ਦੀ ਉਹ ਹਾਈ ਮਾਣਯੋਗ ਹਾਈ ਕੋਰਟ 'ਚ ਆ, ਉਹ ਹਾਈ ਕੋਰਟ ਜੋ ਵੀ ਫੈਸਲਾ ਦਿੰਦੀ ਆ, ਲੇਕਿਨ ਕੌਂਸਲਰ ਤਾਂ ਆਪਾਂ ਹੈਗੇ ਆ ਨਾ ਯਾਰ, ਜੇ ਪ੍ਰਧਾਨ ਨਹੀਂ ਹੈਗਾ, ਜੇ ਇੱਕ ਨਿਯਮ ਆ ਵੀ ਆਪਾਂ ਚੇਅਰਮੈਨ ਚੁਣਨਾ, ਤੁਸੀਂ ਆਪਣਾ ਕੇ ਚੁਣ ਲਓ, ਅਸੀਂ ਉਹਨੂੰ ਵੀ ਸਾਥ ਦੇਵਾਂਗੇ, ਉਹ ਸ਼ਹਿਰ ਦੀ ਤਰੱਕੀ ਦੀ ਗੱਲ ਕਰੂਗਾ, ਅਸੀਂ ਉਹਦੇ ਵੀ ਸਹਿਯੋਗੀ ਬਣਾਂਗੇ। ਸੋ ਇਸ ਕਰਕੇ ਲੋਕਾਂ ਨੂੰ ਗਮਰਾਹ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।
ਆਮ ਆਦਮੀ ਵਾਲੇ ਗੱਲ ਸਭ ਤੋਂ ਪਹਿਲੇ ਭੱਜੀ ਜਾਂਦੇ ਆਮ ਆਦਮੀ ਵਾਲੇ ਚਾਹੀਦਾ ਕੁਛ ਨੀ ਹੁੰਦਾ।